बड़ा प्यार प्यार सी बल्ले बल्ले अमान ना एक दूए नू देख के जींदे सी रल के शिकार खेलदे सी आए है बड़ा अमान ना प्यार सी जदों असीं आए हैं ना उठ के हाँ साडे सिख सारे रोंदे सानू छड चले अच्छा इन्ना प्यार सी साडा उहनां नाल बहू पर है ना अच्छा जिथे ते रही जम पाला इमानदारी दी गल आ ओह नहीं बोलदा नहीं बोलदा की वजह की है क्यों नहीं बोलदा प्यार प्यार हाँ तो वो प्यार इतने नहीं मिले आ वो प्यार इस तरह से अंबा दे बाग दरियावां दी मच्छी अच्छा जंगलां दे सहे बच्चे दे डंगर चोगदे ही बेलियां च दरियावां च डंगर ना होंदे सी हाँ आप भी यही दरियावां च ना होंदे अच्छा वो बड़ा हड्डां च वर गया रहे प्यार अच्छा वो साडे पिंड दा अच्छा दुनिया रोंदी मर गई है उन्हें आशा सिंह तुहाडा यार हो गया या बाकी जिहड़े सिखां ने नां लए ने कदी दिल कीता 73 वरियां च यार मिल के आवां यार की हाल चाल उन्हां दा किद्दां दे हो देखो ना जदों जाइए उन्हां दा पहले होर जाणा पहले मिलना हुंदा हुण जसवंत बलवंत दो भरा सी जसवंत ते बलवंत ते आशा सिंह ते दवान सिंह हां जाला सिंह लागे घर से उन्हां दिल तुहाडा करदा जाण करदा ते हां ते झाका कित्थों पैंदा चाका कितों पैंदा दसो चाका पैंदा पे वेले वड़ियां रोना नहीं हटदा रोना नहीं हटदा इमानदारी गल रोना नहीं हटदा जेड़े उत्थे मरे दे ने दबे दे ने उन्हां नाल वेख के रोना नहीं हटदा अच्छा इत्थे जिवें हुण बैठे हो हां ते वेले बैठा सोच दिमाग ओह गलियां च पहुंच जाणी हां ओह शिकार खेडना आसा सिंह नाल दिमाग ओह ते पहुंच जाणा मैं ना रहिंदा ही उठिया खुदा दी कसम रहिंदे उठे थे है ना मेरा तन मन रूह जेड़ा रहिंदा है पिंड या उठे ही उठे अल्लाह दी कसम ओ नक्शा पूरा फर्क नहीं सारा नक्शा मेनू मिलदा रोना तो डरदा नहीं है जान अच्छा जदों घर बार देखे बैठे वेलियां घर खूह बाइयां सारा कुछ देखा तो रोना बंद नहीं होना अच्छा अस तो इमानदारी गल नहीं जानते सारी उत्थों की गल बात सुना अच्छा कि साडा फलाना फलाना यार है ते इन्ने इन्ने असीं उत्थे करदे हाँ एक मामे री गल सुनांदे ने उत्थों दे सरदार दी कि मस्जिद बनाई सरदार ने अच्छा ते वो डेली सानू ओह ना लाजमी सुनानी होंदी ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਅਨਵੰਡੇ ਪੰਜਾਬ ਦਾ ਪਿਛੋਕੜ ਆਪਣਾ ਪਿਛੋਕੜ ਉਹ ਯਾਦਾਂ ਉਹ ਪਿਆਰ ਭਰੀਆਂ ਗੱਲਾਂ ਆਪ ਜੀ ਦੇ ਰੂਬਰੂ ਕਰਦੇ ਰਹਿੰਦੇ ਹਾਂ ਔਰ ਇਹਨਾਂ ਗੱਲਾਂ ਕਰਕੇ ਹੀ ਅੱਜ ਅਸੀਂ ਪਹੁੰਚੇ ਹਾਂ ਜੀ ਮੰਡਿਆਲਾ ਜ਼ਿਲ੍ਹਾ ਸ਼ੇਖੋਪੁਰਾ ਤਹਿਸੀਲ ਸਫਦਰਾਬਾਦ ਜਿਹਨੂੰ ਜਿਹਦਾ ਪੁਰਾਣਾ ਨਾਮ ਮੰਡੀ ਢਾਬਾ ਸਿੰਘ ਸੀ ਉੱਥੇ ਆਪਾਂ ਬੈਠੇ ਹਾਂ ਸਾਡੇ ਨਾਲ ਜੀ ਬੈਠੇ ਨੇ ਇੱਕ ਬਜ਼ੁਰਗ ਆਓ ਗੱਲਬਾਤ ਦੀ ਸਾਂਝ ਦਿੰਦੇ ਹਾਂ ਬਾਬਾ ਜੀ ਕੀ ਹਾਲ ਨੇ ਠੀਕ ਹੋ ਤਬੀਅਤ ਸੇ ਠੀਕ ਜੇ ਸ਼ੁਕਰ ਨਾਂ ਕੀ ਤੁਹਾਡਾ ਗੁਲਾਮ ਅਬਾਸ ਗੁਲਾਮ ਅਬਾਸ ਤੁਹਾਡੇ ਵਾਲਦ ਸਾਹਿਬ ਦਾ ਸਾਹਿਬਦਾਦ ਸਾਹਿਬਦਾਦ ਹਾਂ ਚਾਚੇ ਦਾ ਨਾਂ ਸਾਦਕ ਸਾਦਕ ਦਾਦੇ ਦਾ ਨਾਂ ਮੀਏ ਖਾਂ ਮੀਏ ਖਾਂ ਬਜ਼ੁਰਗੋ ਆਪਾਂ ਜਿੱਥੇ ਬੈਠੇ ਹਾਂ ਪਿੰਡ ਦਾ ਕੀ ਨਾਂ ਇਹਦਾ ਹਾਂ ਉਹ ਮੜਿਆਲਾ ਮੜਿਆਲਾ ਹਾਂ ਤੇ ਤੁਸੀਂ ਇੱਥੋਂ ਦੇ ਵਸੇਂਦੇ ਹੋ ਕਿ ਉਧਰੋਂ ਆਏ ਹੋ ਬਹੁਪੁਰ ਆ ਹਿੰਦੁਸਤਾਨ 'ਚ ਸਾਡਾ ਬਾਰਡਰ 'ਤੇ ਪੈਂਦੇ ਆ ਬਹੁਪੁਰ ਬਹੁਪੁਰ ਹਾਂ ਅੱਛਾ ਉੱਥੋਂ ਆਏ ਸਹੀ ਹੋ ਗਿਆ ਅਤੇ ਆਪਾਂ ਜਿਹੜੇ ਪਿੰਡ ਬੈਠੇ ਹਾਂ ਹਾਂ ਇਹ ਇਹਦੀ ਕਿਹੜੀ ਤਹਿਸੀਲ 'ਚ ਪੈਂਦਾ ਇਹ ਜਿਹੜਾ ਆਹੋ ਇਹਦੀ ਤਹਿਸੀਲ ਆਪਣੀ ਹੋਈ ਆ ਕਿਹੜੀ ਆ ਨਾਮ ਪਤਾ ਸ਼ੇਖੂਪੁਰ ਇਹ ਸਦਰ ਤਹਿਸੀਲ ਅੱਛਾ ਸ਼ੇਖੂਪੁਰਾ ਇਹ ਮੰਡਿਆਲਾ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ ਮੰਡਿਆਲੇ ਦੇ ਲਾਗੇ ਧੁੱਪੇ ਸੜਕੇ ਮਰ ਗਈ ਇੱਕ ਅੱਛਾ ਫਾਹੇ ਵਾਲੀ ਤਰਲਿਆਂ ਵਾਲੀ ਧੱਕਿਆਂ ਵਾਲੀ ਇਹ ਤੁਹਾਡੀ ਬਲਾਦਰੀ ਨੇ ਨਾਂ ਰੱਖੇ ਦੇ ਪਿੰਡਾਂ ਅੱਛਾ ਸਹੀ ਦਿਓੜੀ
ਇਲਾਂ ਵਾਲੀ ਵਾਇਆਂ ਵਾਲੀ ਪੱਕਾ ਡੱਲਾ ਚੱਬਾ ਤੇ ਆਦਲਗੜ ਅੱਛਾ ਚੱਬਾ ਗਰਮੂਲਾ ਹਾਂ ਅੱਛਾ ਹੁਣ ਤੁਹਾਡੀ ਉਮਰ ਕਿੰਨੀ ਹੈ ਉਮਰ ਤਾਂ ਅੱਲਾ ਕਰੇ ਲੇਕਿਨ 90 ਦੇ 100 ਤੋਂ ਥੋੜ੍ਹੇ ਘੱਟ ਸੌ ਤੋਂ ਥੋੜ੍ਹੀ ਜਿਹੀ ਘੱਟ ਹੈ ਅੱਛਾ ਅੱਛਾ ਜਿਹੜਾ ਤੁਹਾਡਾ ਉੱਥੇ ਪਿੰਡ ਸੀਗਾ ਕਿਹੜਾ ਪਿੰਡ ਦੱਸਿਆ ਤੁਸੀਂ ਬਾਹੂਪੁਰ ਸਾਡੇ ਪਠਾਣਾ ਦੇ ਪਿੰਡ ਤਹਿਸੀਲ ਗੁਰਦਾਸਪੁਰ ਦੀ ਸਦਰ ਸੀ ਅੱਛਾ ਚਾਰ ਤਹਿਸੀਲਾਂ ਸੀ ਇਹਦੀਆਂ ਤਹਿਸੀਲ ਸਦਰ ਉਹਦੇ 'ਚ ਸਾਡਿਆਂ ਵੱਡਿਆਂ ਨੂੰ ਕੰਮ ਸੀ ਅਤੇ ਤਹਿਸੀਲ ਬਟਾਲਾ ਦੋ ਤਹਿਸੀਲ ਪਠਾਨਕੋਟ ਤਿੰਨ ਹੋ ਗਏ ਤਹਿਸੀਲ ਛੱਕੜਗੜ੍ਹ ਚਾਰ ਉਹ ਚਾਰ 'ਚ ਆ ਗਈ ਨਾ ਵੰਡ ਬਾਰਡਰ ਤੋਂ ਇੱਧਰ ਅੱਛਾ 30 ਪਿੰਡ ਪਠਾਣਾ ਦੇ ਛੱਕੜਗੜ੍ਹ ਅਤੇ 30 ਪਿੰਡ ਹੀ ਪਠਾਣਾ ਦੇ ਗੁਰਦਾਸਪੁਰ ਸੀ ਅੱਛਾ ਅਤੇ ਉਹ ਜਿਹੜੀ ਤਹਿਸੀਲ ਪਠਾਨਕੋਟ ਸੀ ਉਹ ਪਹਾੜ ਦੇ ਵਿੱਚ ਵੜ ਗਈ ਅੱਛਾ ਸਾਡੇ ਜ਼ਿਲ੍ਹੇ ਨੂੰ ਦੋ ਦਰਿਆ ਸੀ ਇੱਕ ਬਿਆਸਾ ਗੁਰਦਾਸਪੁਰ ਸ਼ਹਿਰ ਤੋਂ ਚਾਰ ਕੋ ਚੜ੍ਹਦੇ ਅੱਛਾ ਅਤੇ ਤਹਿਸੀਲ ਰਾਵੀ ਦਰਿਆ ਇਹ ਸੀ ਸਾਡੇ ਜ਼ਿਲ੍ਹੇ ਤੋਂ 8 ਕੋ ਉਪਰਾਂ ਰਾਵੀ ਦਰਿਆ ਅਤੇ ਬੜਾ ਆਬਾਦ ਮੁਲਕ ਸੀ ਉਹ ਅੱਛਾ ਆਖਣੀ ਕਿਹੜੀ ਗੱਲ ਆ ਅਸੀਂ ਤਾਂ ਸਿੱਖ ਇਮਾਨਦਾਰੀ ਨਾਲ ਰਲ ਕੇ ਸ਼ਿਕਾਰ ਖੇਡਦੇ ਸੀ ਆਹੋ ਕਿਹੜਾ ਬੰਦਾ ਤੁਹਾਡੇ ਨਾਲ ਸ਼ਿਕਾਰ ਖੇਡਦਾ ਉਹ ਹੁੰਦਾ ਸੀ ਹਜ਼ਾਰਾ ਸਿੰਘ ਫਿਰ ਦਮਾਨ ਆਸਾ ਸਿੰਘ ਦੀਵਾਨ ਅਤੇ ਆਸਾ ਸਿੰਘ ਅੱਛਾ ਅਤੇ ਹਜ਼ਾਰਾ ਸਿੰਘ ਬੜਾ ਸ਼ਿਕਾਰੀ ਸੀ ਅਤੇ ਸੋਹਣ ਸਿੰਘ ਸ਼ਿਕਾਰੀ ਸੀ ਅੱਛਾ ਉਹ ਮਤਲਬ ਦੀਪੋ ਸ਼ਿਕਾਰੀ ਸੀ ਦੀਪੋ ਫਿਰ ਆਤਮਾ ਸਿੰਘ ਸ਼ਿਕਾਰੀ ਸੀ ਅੱਛਾ ਆਤਮਾ ਸਿੰਘ ਹਾਂਜੀ ਕਿੱਥੋਂ ਦੇ ਵਸਿੰਦੇ ਸੀ ਸਾਰੇ ਲੋਕ ਸਾਰੇ ਬਹੁਪੁਰ ਦੇ ਸੀ ਬਹੁਪੁਰ ਦੇ ਸੀ ਬਹੁਪੁਰ ਦੇ ਵਿੱਚ ਹਿੰਦੂ ਸਿੱਖ ਇਕੱਠੇ ਵੱਸਦੇ ਸੀ ਇਕੱਠੇ ਮੁਸਲਮਾਨ ਬਿਲਕੁਲ ਬੜਾ ਮਾਨ ਨਾਲ ਪਿਆਰ ਸੀ ਜਦੋਂ ਅਸੀਂ ਆਏ ਹਾਂ ਨਾ ਉੱਠ ਕੇ ਸਾਡੇ ਸਿੱਖ ਸਾਰੇ ਰੋਂਦੇ ਸਾਨੂੰ ਛੱਡ ਚੱਲਿਓ ਅੱਛਾ ਇੰਨਾ ਪਿਆਰ ਸੀ ਸਾਡਾ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਉੱਥੇ ਜਿਹੜਾ ਤੁਹਾਡਾ ਪਿੰਡ ਸੀ ਸਿੱਖਾਂ ਦੇ ਕਿੰਨੇ ਘਰ ਸੀ ਬਹੁਪੁਰ ਦੇ ਵਿੱਚ ਮੁਸਲਮਾਨਾਂ ਦੇ ਕਿੰਨੇ ਘਰ ਸੀ ਹਿੰਦੂਆਂ ਦੇ ਕਿੰਨੇ ਘਰ ਸੀ ਕੋਈ ਪਤਾ ਹਿੰਦੂ ਨਹੀਂ ਸੀ ਅੱਛਾ ਸਿੱਖ ਅਤੇ ਮੁਸਲਮਾਨ ਸੀ ਦੋਵੇਂ ਸੀ ਅੱਛਾ 14 ਘਰ ਸਿੱਖਾਂ ਦੇ ਸੀ ਅੱਛਾ ਅਤੇ 40 ਕੁ ਘਰ 45 ਮੁਸਲਮਾਨਾਂ ਦੇ ਅੱਛਾ ਅਤੇ ਕਦੀ ਕੋਈ ਅਣਬਣ ਤਾਂ ਨਹੀਂ ਬਣੀ ਕਿੱਦਾਂ ਕੋਈ ਆਪਸ ਦੇ ਵਿੱਚ ਕੋਈ ਹਾਂ ਮੁਸਲਮਾਨ ਦੀ ਸਿੱਖਾਂ ਦੀ ਕੋਈ ਅਣਬਣ ਤਾਂ ਨਹੀਂ ਬਣੀ ਕਦੀ ਬੜਾ ਪਿਆਰ ਸੀ ਬੱਲੇ ਮਾਨ ਨਾ ਇੱਕ ਦੂਏ ਨੂੰ ਦੇਖ ਕੇ ਜੀਂਦੇ ਸੀ ਰਲ ਕੇ ਸ਼ਿਕਾਰ ਖੇਡਦੇ ਸੀ ਆਏ ਹੈ ਕਿਆ ਬਾਤ ਆ ਜਿਹੜਾ ਸਿਆ ਮਰ ਜਾਣਾ ਸਿੱਖ ਨੇ ਬੋਰੀ 'ਚ ਪਾ ਲੈਣਾ ਅਤੇ ਜਿਹੜਾ ਜਿੰਦਾ ਹੋਣਾ ਉਹਨੂੰ ਆਹ ਚੋਰੀ ਫੇਰ ਲੈਣਾ ਚੋਰੀ ਫੇਰ ਦੇਣਾ ਰਲ ਕੇ ਖੇਡਦੇ ਅੱਛਾ ਅਤੇ ਰਾਵੀ ਸਾਡੇ ਪਿੰਡੋਂ 5 ਪੈਲੀਆਂ ਸੀ ਹਟਵੀਂ ਅੱਛਾ ਬਾਊ ਵਾਲੇ ਦੇ ਲਾਗੇ ਲਾਗੇ ਪਿੰਡ ਕਿੰਨੇ ਕਿਹੜਾ ਕੀ ਨਾਂ ਸੀ ਆਦੀ ਅੱਲੜ ਪਿੰਡੀ ਡੁਗਰੀ ਆਹ ਡੁਗਰੀ ਦੇ ਆਹ ਚੱਬੇ ਬੈਠੇ ਦੇ ਅੱਛਾ ਡੁਗਰੀ ਆਲੀ ਨੰਗਲ ਅੱਗੇ ਲੂਣੇ ਹੋ ਗਿਆ ਅੱਗੇ ਛੰਨੀਆਂ ਉਦੋਂ ਅੱਗੇ ਭੋਪਰ ਫਿਰ ਭੋਪਰ ਡੇਰੀ ਵਾਲਾ ਸ਼ੂਰ ਅਤੇ ਸਾਂਝੇ ਥਾਂ ਮੋੜੋਵਾਲ ਅਤੇ ਉਹ ਵੀ ਸਿੱਖਾਂ ਪਿੰਡ ਸੀ ਉੱਤੇ ਦਰਿਆ ਦੇ ਕੰਢੇ 'ਤੇ ਪਿੰਡ ਦਾ ਨੰਬਰਦਾਰ ਕੌਣ ਸੀ ਲੰਬਰਦਾਰ ਕਈ ਡੇਲਾ ਹੁੰਦਾ ਸੀ ਉਹ ਹੀ ਮਰ ਜਾਂਦਾ ਸੀ ਜਿਹੜਾ ਲੰਬੜ ਹੁੰਦਾ ਸੀ ਉਹ ਹੀ ਮਰ ਜਾਂਦਾ ਸੀ ਕੋਈ ਨਾਮ ਯਾਦ ਆ ਉਹਨਾਂ ਦੇ ਇੱਕ ਨਾ ਹਕੀਮ ਸੀ ਅਤੇ ਇੱਕ ਨਾ ਪਟਵਾਰੀ ਅੱਛਾ ਇੱਕ ਹਕੀਮ ਸੀ ਇੱਕ ਪਟਵਾਰੀ ਸੀ ਹਕੀਮ ਕੌਣ ਸੀ ਨਾਂ ਯਾਦ ਆ ਉਹ ਪਠਾਨ ਹੀ ਸੀ ਅੱਛਾ ਪਠਾਨ ਸੀ ਉਹ ਹਾਂ ਅਤੇ ਪਟਵਾਰੀ
ਸਿੱਖਾਂ 'ਚ ਕੋਈ ਉਸ ਵੇਲੇ ਜਿਹੜਾ ਕੋਈ ਵੱਡਾ ਨਾਂ ਯਾਦ ਆ? ਵੱਡਾ ਨਾਂ ਕੋਈ ਉਸ ਵੇਲੇ ਨਾਮ ਕੋਈ ਸਿੱਖਾਂ ਦੇ ਯਾਦ ਆ? ਠਾਕਰ ਸਿੰਘ ਹੋ ਗਿਆ ਵੱਡਾ। ਸੋਹਣ ਸਿੰਘ ਤੇ ਫਤਿਹ ਸਿੰਘ। ਸੋਹਣ ਸਿੰਘ, ਫਤਿਹ ਸਿੰਘ ਇਹ ਵੱਡੇ ਸੀਗੇ? ਵੱਡੇ ਸੀ ਮਾਨ। ਅੱਛਾ, ਬਾਕੀ ਬਚੇਲ ਸੀ। ਹਾਂ, ਰਲ ਕੇ ਇਹ ਡੰਗਰ ਚਾਰਦੇ ਸੀ। ਯਾਰ ਕਿਹੜਾ ਸੀ ਤੁਹਾਡਾ? ਯਾਰ ਬਹੁਤਾ। ਆਹੋ, ਆਸਾ। ਆਸਾ? ਅੱਛਾ, ਆਸਾ ਸਿੰਘ ਬੜਾ ਸੀ, ਰਲ ਕੇ ਸ਼ਿਕਾਰ ਹਰ ਵੇਲੇ ਖੇਡਦੇ। ਆਸਾ ਸਿੰਘ ਦੇ ਪਿਓ ਦਾ ਨਾਂ ਦਾ ਪਤਾ? ਫਤਿਹ ਸਿੰਘ। ਫਤਿਹ ਸਿੰਘ, ਸਹੀ ਹੋ ਗਿਆ। ਹਾਂਜੀ, ਅਤੇ ਫਿਰ ਉਦੋਂ ਤੁਸੀਂ ਦੱਸਿਆ ਕਿ ਇੱਕ ਦੂਜੇ ਨੂੰ ਵੇਖ ਕੇ ਆਪਾਂ ਰਾਜ਼ੀ ਸਾਂ। ਮੈਂ ਨਾ ਵਿਆਹਾਂ ਸ਼ਾਦੀਆਂ ਦੇ ਉੱਤੇ ਖਰਚੇ ਸਾਂਝੇ ਕਰਦੇ ਸੀ। ਅੱਛਾ, ਆਹੋ, ਇੱਕ ਦੂਜੇ ਦੀ ਅਮਦਾਦ ਕਰਦੇ। ਅਮਦਾਦ ਕਰਦੇ? ਹਾਂ, ਜੋ ਖਰਚਾ ਦਿੰਦੇ ਸੀ ਇੱਕ ਦੂਜੇ ਨੂੰ ਖੁਸ਼ ਹੋ ਕੇ ਦਿੰਦੇ ਸੀ। ਅੱਛਾ, ਅਤੇ ਮੈਂ ਤੁਹਾਡੇ ਕੋਲ ਪੁੱਛਣ ਦਿਆਂ ਕਿ ਜਦੋਂ ਇੱਕ ਦੂਜੇ ਨੂੰ ਵੇਖ ਕੇ ਆਪਾਂ ਰਾਜ਼ੀ ਸਾਂ, ਫਿਰ ਉੱਥੋਂ ਨਿਕਲਣ ਵੇਲੇ ਅਣਬਣ ਤਾਂ ਨਹੀਂ ਬਣੀ ਕੋਈ? ਕੋਈ ਅਣਬਣ ਨਹੀਂ, ਇਮਾਨਦਾਰ ਦੀ ਗੱਲ ਆ। ਸਿੱਖ ਸਾਡੇ ਰੋਂਦੇ ਸੀ। ਰੋਂਦੇ ਸੀ? ਆਪ ਸਾਨੂੰ ਛੱਡ ਚੱਲਿਓ, ਇੱਥੇ ਹੁਣ ਕਿਹੜੇ ਲੋਕ ਆਣ ਕੇ ਬਹਿਣਗੇ। ਸਿੱਖ ਜਾ ਕੇ ਛੱਡ ਕਰਦੇ ਬੈਠੇ ਉੱਥੇ। ਉੱਥੇ ਸਿੱਖਾਂ ਨੇ ਦਰਾਂਗਲੇ ਸ਼ਹਿਰ ਦੇ ਵਿੱਚ ਨਾਈਆਂ ਦਾ ਘਰ ਸਾਰਾ ਕਤਲ ਕਰ ਦਿੱਤਾ। ਅੱਛਾ, ਖੁਦੀ ਉਹਨਾਂ ਦੀ ਧੀ ਸੀ, ਉਹਨਾਂ ਦੀ ਨੂੰਹ ਸੀ, ਉਹ ਸਾਡੇ ਪਿੰਡ ਦੀ ਧੀ ਸੀ ਫਾਤਮਾ। ਹਾਂ, ਉਹ ਲੈ ਗਏ। ਅੱਛਾ, ਲੈ ਗਏ ਅਤੇ ਉਹ ਕੋਈ ਦਿਨ ਪਾ ਕੇ ਨਾ, ਅਤੇ ਜਿਹਨੇ ਕਾਬੂ ਕੀਤੀ ਉਹਨੂੰ ਆਉਂਦੀ ਆ ਵੀ ਮੇਰੇ ਮਾਂ ਪਿਓ ਦਾ ਘਰ ਆ ਜਿੱਥੇ ਪੈਸੇ ਰੱਖਦੇ ਸੀ, ਆ ਜਾ ਕੇ ਅੰਦਰ ਖੋਲੀਏ। ਉਹ ਆਲੀ ਨੰਗਲੋਂ ਇੰਨਾ ਹੀ ਕਿਤੇ ਜਿਵੇਂ ਇਲਾਂ ਵਾਲੀ ਆ ਸਾਡਾ ਸਾਡਾ ਪਿੰਡ। ਉਹ ਜਿਹੜੀ ਨਜ਼ਰ 'ਤੇ ਆਈ ਸੀ ਉਹਨੇ ਪੂਰੀ ਕੀਤੀ, ਆਪਣੇ ਘਰ 'ਤੇ ਡੰਗਾਂ 'ਚ ਬਾਤ ਫੇਰਿਆ। ਜਾਂਦੀ ਆ ਮੇਰੇ ਭਰਾ ਦਾ ਭਰਾ ਗੁਰਾ ਬਣਿਆ ਦਾ ਸੀ, ਅਤੇ ਆ ਮੇਰੀ ਮਾਂ ਦੀ ਮਾਂ ਬਣੀ ਦੀ ਗੁਰੇ ਦੀ ਮਾਂ, ਅਤੇ ਮੈਂ ਆ ਮਿਲ ਆਈਏ। ਉਹ ਬਾਹਰ ਗਲੀ 'ਚ ਬਹਿ ਗਿਆ, ਉਹ ਅੰਦਰ ਵੜ ਗਈ। ਅੱਛਾ, ਅੰਦਰ ਵੜ ਕੇ ਅਤੇ ਜਾ ਕੇ ਰੋਈ। ਉਹ ਗੁਰੇ ਨੇ ਆਖਿਆ ਤੇਰਾ ਭਰਾ ਰਮਜਾਨ ਮੇਰਾ ਭਰਾ ਸੀ ਅਤੇ ਤੂੰ ਵੀ ਭੈਣ ਹੀ ਹੈ। ਅੱਛਾ, ਤੂੰ ਇਉਂ ਕੰਮ ਕਰ ਵੀ ਹੁਣ ਇੱਦੇ ਦਿਨ ਆਈ ਹੈ ਚੱਲ ਜਾਈ। ਅੱਛਾ, ਭਲ ਕੇ ਮੈਂ ਦਰਿਆ ਗਾਣ ਵੇਖਾਂ, ਨਿਸ਼ਾਨੀ ਲਾਵਾਂਗਾ, ਅੱਜ ਨਾ ਆਵੀ ਭਲ ਕੇ ਦੌੜਾਂ ਵੀ। ਅੱਛਾ, ਉਹ ਸਿੱਖ ਨੇ ਹਲ ਦਿੱਤਾ, ਉਹ ਦੌੜ ਆਈ। ਅੱਛਾ, ਗੁਰੇ ਦੇ ਘਰ 'ਤੇ ਗੁਰਾ ਅੱਗੇ ਘਰ ਡੀਕਣ ਡਿਆ ਦਾ ਸੀ, ਉਹਨੇ ਜਿਉਂ ਭਜਾਈ ਉਹ ਗੁਰੇ ਨੇ ਦਰਿਆਵਾਂ ਪਾਰ ਨੰਘਾਇਆ ਨੰਘਾਇਆ ਉਹਨੂੰ ਨੰਘਾ ਦਿੱਤੀ ਉਹ ਫਾਤਮਾ ਨੂੰ। ਹਾਂ, ਅਤੇ ਉਹ ਸਾਡੇ ਇੱਥੇ ਮਿਲ ਕੇ ਗਈ ਸੀ। ਅੱਛਾ, ਇਮਾਨਦਾਰੀ ਗੱਲ ਆ, ਇੱਥੇ ਮਿਲ ਕੇ ਗਈ ਸੀ ਅਤੇ ਘਰ ਟੱਬਰ 'ਤੇ ਉਹਦਾ ਸਾਰਾ ਫਨਾ ਕਰ ਛੱਲਿਆ। ਅਤੇ ਫਿਰ ਮਿੰਟ ਕੁ ਸ਼ਾਹੀ ਵਾਲ ਮੁੜ ਕੇ ਉਹਨੇ ਨਿਕਾਹ ਕਰ ਲਿਆ। ਅੱਛਾ, ਇੱਥੇ ਹੋ ਕੇ ਜਾ ਠੀਕ ਠੀਕ। ਅੱਛਾ, ਤੁਸੀਂ ਕਿੱਦਾਂ ਆਏ? ਤੁਹਾਨੂੰ ਪਤਾ ਲੱਗ ਗਿਆ ਸੀ ਪਹਿਲੇ ਹੀ ਕਿ ਬਈ ਜਾਣਾ ਪੈਣਾ, ਜਾਂ ਤੁਹਾਨੂੰ ਕੱਢਿਆ ਗਿਆ ਉਠਾਇਆ ਗਿਆ? ਦੋ ਦਿਨ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਦੇ ਆ, ਤੀਜੇ ਦਿਨ ਆਵਾਜ਼ ਹਿੰਦੁਸਤਾਨ ਦੀ ਆ ਗਈ। ਅੱਛਾ, ਅਤੇ ਚੌਥੇ ਦਿਨ ਸਾਰਾ ਜ਼ਿਲ੍ਹਾ ਹੀ ਉੱਠ ਕੇ ਦਰਿਆਓਂ ਪਾਰ ਨੰਘ ਗਿਆ। ਅੱਛਾ, ਹਾਂਜੀ, ਅਤੇ ਇਹ ਜਿਹੜਾ ਇਲਾਕਾ, ਇਹ ਬੰਗਲਾ, ਆਹੋ ਢਾਬਾ ਵਾਲਾ ਬੰਗਲਾ, ਇੱਥੇ ਮੇਰਾ ਮਾਮਾ ਸੀ ਕੰਪਾਊਂਡਰ ਡਾਕਟਰ। ਅੱਛਾ, ਡਾਕਟਰ ਦਾ ਕੰਪਾਊਂਡਰ ਸੀ, ਉਹਨੇ ਸਾਨੂੰ ਛਕੜਗੜ੍ਹ ਆਣ ਕੇ ਬਾਹਰੇ ਮੰਗੇ, ਬਹਿ ਗਏ ਉਹ ਪਿੰਡ ਉੱਠ ਕੇ। ਉੱਥੋਂ ਜਾ ਕੇ ਤਲਾਕ ਕੀਤੀ ਵੀ ਤੁਸੀਂ ਆ ਜਾਓ, ਪਿੰਡ ਬੜੇ ਨੇ ਸਿੱਖਾਂ ਦੇ ਉੱਥੇ। ਉਹਨੇ ਸਲਾਹ ਦਿੱਤੀ ਅਤੇ ਸਾਡੇ ਵੱਡੇ ਗੱਡੀ 'ਚ ਬਹਿ ਕੇ ਅਤੇ ਸਿੱਧੇ ਗਏ ਵਜ਼ੀਰਾਬਾਦ। ਵਜ਼ੀਰਾਬਾਦੋਂ ਕੀ ਹੈ ਸਾਂਗਲਾ, ਇੱਥੇ ਅਸੀਂ ਉੱਤਰ ਕੇ ਅਤੇ ਤੁਰ ਕੇ ਆਣ ਕੇ ਅਤੇ ਰਾਤ ਅਬਦੁੱਲਾ ਪਰ ਕੋਲੇ ਨੇ ਰੋਟੀ ਖਾ ਕੇ
ਤੇ ਦਿਨ ਚੜ੍ਹਿਆ ਤੇ ਉਹਨੇ ਸਾਨੂੰ ਧੁੱਪ ਸੜੀ ਨਵੇਂ ਪਿੰਡ ਨੂੰ ਸਿੱਧਾ ਰਾਹ ਪਾਇਆ ਵੀ ਅਜੇ ਮਜ਼ਬੀ ਨੇ ਢਾਬਾਂ 'ਚ 12 ਪਿੰਡ ਉਹ ਨਹੀਂ ਅਜੇ ਗਏ। ਅੱਛਾ ਤੇ ਤੁਸੀਂ ਇਹ ਰਸਤੇ ਜਾ ਕੇ ਤੇ ਨਵੇਂ ਪਿੰਡ ਜਾ ਕੇ ਰੋਟੀਆਂ ਖਾਓ ਮੌਜ ਮਾਰੋ। ਅਸੀਂ ਪਰ ਉੱਥੇ ਆ ਗਏ। ਅੱਛਾ ਬਜ਼ੁਰਗੋ ਚਲੋ ਘਰ। ਹਾਂ 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 ਤੁਸੀਂ ਆਏ ਤੇ ਚਲੋ ਇੱਦਾਂ, ਲੇਕਿਨ ਪਿੰਡ 'ਚੋਂ ਕਿੱਦਾਂ ਉੱਠੇ ਪਿੰਡਾਂ 'ਚੋਂ? ਹਾਂ ਪਿੰਡਾਂ 'ਚ ਕਿੱਦਾਂ ਉੱਠੇ, ਕੀ ਕੀ ਸਮਾਨ ਲਿਆ, ਰਸਤੇ ਦਾ ਕੀ ਹਾਲ ਸੀ, ਕਿਹੜੇ ਕੈਂਪ 'ਚ ਬੈਠੇ ਸੀ? ਉਹ ਰਸਤੇ ਦਾ ਕਿਵੇਂ ਅਸੀਂ ਉੱਠੇ, ਇਹੋ ਹੀ ਵੇਲਾ ਸੀ। ਅੱਛਾ ਅਤੇ ਤਹਿਸੀਲ ਬਟਾਲੇ ਦਾ ਕਾਫਲਾ ਗਿਣਿਆ ਨਹੀਂ ਜਾਂਦਾ, ਪੂਰੇ ਪਿੰਡ ਉੱਠ ਕੇ ਤਾਂ ਦਰਿਆ ਲੰਘਣ ਲੱਗੇ। ਅੱਛਾ ਅਤੇ ਉਹ ਤਾਂ ਲੰਘ ਗਏ ਅਤੇ ਸਾਨੂੰ ਤਲਾਹ ਹੋ ਗਈ। ਇਹੋ ਹੀ ਫੌਜੀ ਹਿੰਦੁਸਤਾਨ ਦੇ ਆਉਣ ਕੇ ਤਾਂ ਸਾਡੇ ਪਿੰਡ ਨੂੰ ਠੋਡੇ ਮਾਰਨ ਬੂਹਿਆਂ ਨੂੰ ਅਤੇ ਲੋਕ ਉਹਨਾਂ ਉਸ ਜਿਹੜਾ ਪਹਿਲਾ ਕਾਫਲਾ ਲੰਘ ਗਿਆ ਉਹਦੇ ਨਾਲ ਹੀ ਦਰਿਆ ਦੇ ਪਿੰਡ ਉੱਠ ਕੇ ਚਲਾ ਗਿਆ ਦਾ ਸੀ। ਚਲਾ ਗਿਆ? ਹਾਂ ਉਹ ਠੋਡੇ ਮਾਰ ਕੇ ਪਿੰਡ ਉੱਤੇ ਜਾਂਦੇ ਹੋਏ। ਅੱਛਾ ਹਾਂ ਇਹ ਤਾਂ ਉੱਥੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ। ਅੱਛਾ ਖੈਰ ਖੈਰੀਅਤ ਨਾਲ ਆ ਗਏ, ਖੈਰ ਸਹੀ ਹੋ ਗਿਆ। ਅੱਛਾ ਬਜ਼ੁਰਗੋ ਹੁਣ 73 ਵਰੇ ਹੋ ਗਏ ਆ। ਹਾਂ ਉਹ ਪਿੰਡ, ਉਹ ਲੋਕ, ਉਹ ਆਸਾ ਸਿੰਘ ਤੁਹਾਡਾ ਯਾਰ, ਹਾਂ ਉਹ ਯਾਦ ਆਉਂਦਾ? ਬੜਾ ਯਾਦ। ਮਿਸਾਲ ਤੌਰ ਜੇ ਮੈਂ ਜਾਵਾਂ, ਹਾਂ ਇਹ ਪਰਮਿਟ ਹੁਣ ਬਣਦੇ ਨੇ ਨਾਰੋਵਾਲ। ਅੱਛਾ ਉੱਥੋਂ ਪਰਮਿਟ ਬਣਾ ਲਈਏ ਨਾ ਜਾਣ ਦਾ। ਅੱਛਾ ਅਤੇ ਪੰਜ ਚਾਰ ਕੋ ਪੈਂਦਾ ਵਾ ਦੇਦਾ ਨੂਰ ਮਲਕ। ਅੱਛਾ ਉੱਥੇ ਬਗੈਰ ਗੱਡੀ ਤੋਂ ਦਸਤਕਾਰ ਆਪਣੇ ਇਹ ਘਰ ਜਾ ਵੜਦੇ ਹਾਂ ਪਿੰਡ 'ਚ। ਅੱਛਾ ਸਾਹਮਣੇ ਆਉਣ ਲੱਭਦਾ, ਸਾਹਮਣੇ ਆਉਂਦਾ, ਸਾਹਮਣੇ ਮਾਰਨਾ। ਅਤੇ ਫਿਰ ਗਏ ਕਿਉਂ ਨਹੀਂ 73 ਵਰਿਆਂ ਤੋਂ? ਉਹ ਫਿਰ ਉੱਥੇ ਜਾ ਕੇ ਰੋਣਾ ਹੀ ਆ। ਰੋਣਾ ਹੀ ਆ, ਰੋਣਾ ਤਾਂ ਡਰਦਿਆਂ ਨਹੀਂ ਇਹ ਜਾਂਦੇ। ਅੱਛਾ ਜਦੋਂ ਘਰ ਬਾਹਰ ਵੇਖੇ ਬੈਠੇ ਵੇਲੀਆਂ ਘਰ ਖੂਹ ਬਾਹੀਆਂ ਸਾਰਾ ਕੁਝ ਵੇਖਿਆ ਤਾਂ ਰੋਣਾ ਬੰਦ ਨਹੀਂ ਹੋਣਾ। ਅੱਛਾ ਇਸ ਤੋਂ ਇਮਾਨਦਾਰੀ ਗੱਲਾਂ ਨਹੀਂ ਜਾਂਦੇ। ਪਹਿਲਾ ਪਿੰਡ ਪਾਕਿਸਤਾਨ ਦਾ ਸਾਡਾ ਡੇਰਾ ਨੂਰ ਮਲਕ ਆ, ਜਿੱਥੋਂ ਪਾਕਿਸਤਾਨ ਤੁਰਦਾ ਅਤੇ ਪਹਾੜ ਵੱਲ ਤਿੰਨ ਨੁਕਰਾਂ ਨੇ। ਅੱਛਾ ਜਲਾਲਾ ਨਸੀਰਾ, ਜਲਾਲਾ ਨਸੀਰਾ ਹਾਂ ਪਾਕਿਸਤਾਨ ਦਾ ਨੁਕਰ ਅਤੇ ਡੇਰਾ ਨੂਰ ਮਲਕ ਵੀ ਨੁਕਰ ਨੁਕਰ ਅਤੇ ਲਾਗੇ ਸਰਹੱਦੀ ਹਿੰਦੁਸਤਾਨ ਦਾ ਪਿੰਡ। ਅੱਛਾ ਰਿਆਸਤ ਜੰਮੂ ਦਾ ਪਿੰਡ ਦੋ, ਜਲਾਲਾ ਨਸੀਰਾ ਤਿੰਨ। ਬੜੇ ਸਲੂਕ ਨਾਲ ਉਹ ਬਾਹੀਆਂ ਕਰਦੇ ਨੇ ਉੱਥੇ। ਅੱਛਾ ਜਿਵੇਂ ਆਹ ਪਿੰਡ ਆ ਉਹ ਬਸ ਰਿਆਸਤ ਜੰਮੂ ਉਹ ਅਤੇ ਇਹ ਹਿੰਦੁਸਤਾਨ ਹੈ, ਇਹ ਪਾਕਿਸਤਾਨ ਹੈ, ਰਾਤ ਦਿਨ ਵਾਈਆਂ ਕਰ। ਅੱਛਾ ਅਮਾਨ ਬੜਾ ਪਿਆਰ। ਹੁਣ ਉਹ ਯਾਦ ਆਉਂਦਾ ਵਾ ਕਿ ਪਿੰਡ ਤੁਹਾਡਾ ਬਹੁਪਰ? ਹਾਂ ਐਵੇਂ ਜਿਵੇਂ ਇੱਥੇ ਜਿਵੇਂ ਅੱਜ ਤੁਸੀਂ ਲੇਟੇ ਸੀਗੇ, ਹਾਂ ਐਂ ਖਿਆਲਾਂ 'ਚ ਪਹੁੰਚ ਜਾਣਾ। ਵੇਖੋ ਰੋਜ਼ ਸ਼ਾਮ ਨੂੰ ਇੱਥੇ ਜਿਹੜਾ ਬਹੁਪਰ ਹੈ ਨਾ, ਅੱਛਾ ਜਿੱਥੇ ਤੇ ਅਸੀਂ ਜੰਮ ਪਲ ਆ, ਇਮਾਨਦਾਰੀ ਦੀ ਗੱਲ ਆ ਉਹ ਨਹੀਂ ਭੁੱਲਦਾ, ਨਹੀਂ ਭੁੱਲਦਾ। ਕੀ ਵਜ੍ਹਾ ਕੀ ਆ, ਕਿਉਂ ਨਹੀਂ ਭੁੱਲਦਾ? ਪਿਆਰ, ਪਿਆਰ ਹਾਂ। ਅਤੇ ਉਹ ਪਿਆਰ ਇੱਥੇ ਨਹੀਂ ਮਿਲਿਆ? ਉਹ ਪਿਆਰ ਇੱਥੇ ਵੀ ਸ਼ਿਕਾਰ ਖੇਡਦੇ ਹੁੰਦੇ ਸੀ, ਹਾਂ ਉਹ ਪਿਆਰ ਇਸ ਤਰ੍ਹਾਂ ਸੀ, ਅੰਬਾਂ ਦੇ ਬਾਗ, ਦਰਿਆਵਾਂ ਦੀ ਮੱਛੀ, ਅੱਛਾ ਜੰਗਲਾਂ ਦੇ ਸਹੇ, ਬੱਚੇ ਦੇ ਡੰਗਰ ਚੁਗਦੇ ਸੀ ਬੇਲੀਆਂ 'ਚ, ਦਰਿਆਵਾਂ 'ਚ ਡੰਗਰ ਨਹਾਉਂਦੇ ਸੀ, ਹਾਂ ਆਪ ਵੀ ਅਸੀਂ ਦਰਿਆਵਾਂ 'ਚ ਨਹਾਉਂਦੇ। ਅੱਛਾ ਉਹ ਬੜਾ ਹੱਡਾਂ 'ਚ ਵੜ ਗਿਆ ਦਾ ਇਹ ਪਿਆਰ। ਅੱਛਾ ਉਹ ਸਾਡੇ ਪਿੰਡ ਦਾ। ਅੱਛਾ ਦੁਨੀਆ ਰੋਂਦੀ ਮਰ ਗਈ ਆ ਉਹਨੂੰ। ਅੱਛਾ ਇਹ ਗੱਲ ਕੀ ਆ, ਇੱਕ ਗੱਲ ਤਾਂ ਦੱਸੋ, ਜਿਹੜੇ ਇੱਥੇ ਦੇ ਵਸਿੰਦੇ ਆ ਉਹ ਕਹਿੰਦੇ ਬਾਰ ਵਰਗੀ ਧਰਤੀ ਨਹੀਂ ਹੈਗੀ, ਠੀਕ ਹੈ, ਅਤੇ ਜਿਹੜੇ ਤੁਹਾਡੇ ਵਰਗੇ ਬਜ਼ੁਰਗ ਲੱਭਦੇ ਆ ਉਹ ਕਹਿੰਦੇ ਆ ਕਿ ਉਹ ਵਰਗੀ ਧਰਤੀ ਨਹੀਂ ਹੈਗੀ, ਗੱਲ ਕੀ ਆ, ਗੱਲ ਤਾਂ ਮੁਕਾਓ। ਅਜੇ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਤਾਂ ਨਹਿਰਾਂ ਲਾਉਂਦੇ ਆ ਨਾ, ਹਾਂ ਜਿਹੜਾ ਸਾਡਾ ਜ਼ਿਲ੍ਹਾ ਸੀ ਨਾ ਬੜਾ ਰੋਣ ਆਉਂਦਾ ਉਹਦਾ। ਅੱਛਾ ਪਹਾੜੀ ਬਾਰਿਸ਼ ਅੱਠ ਅੱਠ ਦਿਨ, ਅੱਠ ਅੱਠ ਦਿਨ ਨਾ ਨਾ ਵੀ ਐਡਾ ਐਡਾ ਲੰਮਾ ਕਣਕਾਂ ਦਾ ਸਿੱਟਾ, ਦਰਿਆਵਾਂ ਦੇ ਮੰਡਾਂ 'ਚ ਜ਼ਮੀਨ,
कमाल बगैर पानियों कणक बगैर पानियों फसल सारी साड़ी बरसात पालदी सी। अच्छा इन्ना सादा वो याद है सानू पहाड़ उत्ते लिशक पैंदा सारी बारिश शुरू हो जाती तो अभी उस दरिया से नहाने ही जाते पर रोड कलर ना जाए यकीन जाने। अच्छा डंगर पानी दौंदे। अच्छा तो पहाड़ा के उत्तों कई डंगर बच्छा भी रुड़ के आ जाता है तो कई छतीरिया कोठिया दियाँ सौ सौ दो दो सौ रुड़ के आँदी सी। अच्छा तो वह आँदी ही लाहौर है तो लाहौर उन्होंने को परमट सी हजारा लखा छतीरी कद के बन्ने रख लेंगे तो गौरमेंट की अमदाद कर लेंगे ही राज जिहड़ा कुछ छतीरी फड़दा ही उन्होंने पुलिस जुर्माना कर दी सी। जुर्माना कर आप क्यों फड़ी है वो सारी लाहौर तो लाहौरों फड़िया जो पेंडा शिवपुरा फैसलाबाद जिन्हें जिले ने लाहौरों छतीरी सारी भाई पिंडा जान के कोठिया से पैंती कोठिया से पै जाने। अच्छा हूँ आसा सिंह तुहाडा यार हो गया या बाकी जिहड़े सिखां दे नां लए ने कभी दिल किया 73 वरिया जी यार मिल के आवा यार की हाल चाल उन्होंने कि देखो ना जो जाइए पहले हो जाना पहले मिलना होंगे हूँ जसवंत बलवंत दो भरा थे जसवंत बलवंत हाँ आसा सिंह दवान सिंह हाँ दयाला सिंह लागे घर थे उन्होंने लागे घर से ते दिल नहीं किया 73 वरिया च यार मिल आवा यार बेली की हाल चाल उन्होंने रोंदे रहे रोंदे रहे दिल करता ही हूँ दिल करता उन्होंने मिलन नू दिल देखो ना दुनिया मर बड़ी गई मर बड़ी गई जानदियां कमनी को होएगा कि ना होएगा इतने नहीं रहे जेड़े उधर आए सी मौत जी हर वेले बंदे दे नाल ही। चलो कोई आसा सिंह दीवान सिंह बलवंत जसवंत कोई मुंडे तो हो गए ना वो तो सुनने के साथ प्यो का भी कोई यार है सी। ओ बच्चे तो हो गए हाँ पिंड का ना तुसी दसता बाकी ना तुसी दसते हाँ जी तो चलो कोई उन्होंने कोई सलाम दुआ कोई स्नेहा है तो दसो थोड़ी है वीडियो तोड़ पिंड पहुँचा दें होर दस देखो जी दाना पानी हुआ ना परमन बनता डेरा बाबा नानक। अच्छा बाबे नानक के गुरुद्वारा दफ्तर बनाया था उधरों भी इधर आते हैं जिम्मे तू आया तो इधरों भी उधर टपते हैं। अच्छा इन्ह गलों छोड़ो तुम अपनी गल दसो दिल तुहाडा करदा जान करदा तो है हाँ तो झाका कितों पैंदा झाका कितों पैंदा दसो झाका पैंदा भी वेले वड़ने रोना नहीं हटना रोना नहीं हटना ईमानदारी गल रोना नहीं हटना जेड़े उत्थे मरे देने दबे देने उन्हां नाल वेख के रोना नहीं हटना। अच्छा इत्थे जिवें हुण बैठे हो हाँ वेले बैठा सोच दिमाग वो गलियां च पहुँच जानी हाँ वो शिकार खेडना आसा सिंह नाल दिमाग उत्थे पहुँच जाना मैं ना रहिंदा ही उत्थे आ खुदा दी कसम रहिंदे ही उत्थे उत्थे है ना मेरा तन मन रूह जिहड़ा रहिंदा ही पिंड आ उत्थे ही उत्थे अल्लाह दी कसम और नक्शा पूरा फर्क नहीं सारा नक्शा मैनू मिलता पिंड के कुछ लोग साडा इंटरव्यू वेखण दे आ पिछे बैठे ने ते वो दसन दे आ कि डेली ही शाम नू बुजुर्ग जड़े ने वो इत्थे एही गल्लां करदे ने और डेली ही पिंड दियां गल्लां इत्थे होंदियां ने। सो मेरे कोल एक वीर आए भी ने हाँ जी दसो तुसी दसो डेली एक घंटा शाम नू ना इना सारी उत्थों दी गलबात सुनानी हुंदी सी। अच्छा के साडा फलाना फलाना यार है हाँ ते इन्ने इन्ने असीं उत्थे करदे हाँ एक मामे री गल सुनांदे ने उत्थों दे सरदार दी के मस्जिद बनाई सरदार ने सरदार ने। अच्छा ते वो डेली सानू ओह ना लाजमी सुनानी हुंदी हाँ के इंज करके पीर से उत्थे मोती शाह। अच्छा मोती शाह मोती शाह पीर डुगरी हैं डुगरी पेंट से साईं मोती शाह। अच्छा डुगरी पेंट से तो डेली हो सन दासन सुनांदे डेली दासन सुनांदे शाम नु डेली इस तरह बैठे ने इस तरह बैठे ਸੀ ਇੱਥੇ ਤੇ ਅਸੀਂ ਆਪਣੀਆਂ ਵੀ ਗੱਲਾਂ ਕਰਦੇ ਹੁੰਦੇ ਮਾਮੇ ਹੋਰਾਂ ਨੇ ਆਪਣੀ ਸਟਾਰਟ ਕਰਨੀ ਉਧਰ। ਅੱਛਾ ਉਧਰ ਦੀ ਲੋ ਜੀ ਇਹ ਉਹ ਸਾਂਝਾ ਨੇ ਉਹ ਪ੍ਰੀਤਾ ਨੇ
अगर असी वीडियो की या मीडिया की गल करिए अजकल की तो नफरत भरिया गल्लां सानूं दसदी है कि दोवां देशां च नफरत की सी, किद्दां एक दूसरे नूं मारिया गया। कहिंदा इह सांझ दीआं गल्लां प्यार दीआं गल्लां सानूं नहीं दसियां जांदियां। आ वेखो ना, सिख जिहड़े सी ना, अच्छा जी, असीं कहिंदे आ रब दे प्यारे वली रब दी इबादत करदे आ। अच्छा, जिहड़े सिख सी ना ਉਹ ਆਉਂਦੇ ਰੱਬ ਵਾਹਿਗੁਰੂ ਦੇ ਭਗਤ ਬੜੀ ਭਗਤੀ ਕਰਦੇ ਨੇ। ਵਾਹਿਗੁਰੂ ਦੀ ਭਗਤ ਕਰਦੀ ਹੈ ਰੱਬ, ਵਾਹਿਗੁਰੂ ਇੱਕ ਹੀ ਗੱਲ, ਇੱਕ ਹੀ ਨਾਮ, ਆ ਭਗਤੀ ਕਰਦੇ ਨੇ। ਹਾਂ, ਭਗਤੀ ਕਰਦੇ ਨੇ। ਸੋ ਇਹ ਉਹ ਕਹਾਣੀਆਂ ਨੇ ਜੋ ਮੰਜ਼ਰੇ ਆਮ ਤੱਕ ਨਹੀਂ ਆ ਸਕੀਆਂ। ਇਸ ਤਰ੍ਹਾਂ ਦੀਆਂ ਕੋਸ਼ਿਸ਼ ਕਰਦੀ, ਬਜ਼ੁਰਗਾਂ ਨੇ ਗੱਲ ਬੜੀ ਪਿਆਰੀ ਕੀਤੀ ਕਿ ਇੱਕ ਦੂਸਰੇ ਨੂੰ ਵੇਖ ਕੇ ਆਪਾਂ ਰਾਜ਼ੀ ਸਾਂ, ਫਿਰ ਆਖਰ ਇਸ ਤਰ੍ਹਾਂ ਕੀ ਹੋਇਆ ਕਿ ਪਿੰਡਾਂ ਦੇ ਪਿੰਡ ਤਬਾਹ ਬਰਬਾਦ ਹੋਏ, ਲੱਖਾਂ ਲੋਕਾਂ ਦੀ ਮੌਤ ਹੋਈ, ਹਜ਼ਾਰਾਂ ਕਰੋੜਾਂ ਲੋਕ ਜਿਹੜੇ ਨੇ, ਕਰੋੜ ਤੋਂ ਉੱਪਰ ਲੋਕ ਜਿਹੜੇ ਨੇ, ਉਹਨਾਂ ਦਾ ਉਜਾੜਾ ਪਿਆ। ਪੰਜਾਬ ਦੀ ਲਗਭਗ ਇੱਕ ਤਿਹਾਈ ਹਿੱਸਾ, ਪੰਜਾਬ ਦਾ ਹਰ ਤੀਸਰਾ ਬੰਦਾ ਜਿਹੜਾ ਹੈ, ਇਸ ਉਜਾੜੇ ਦਾ ਸ਼ਿਕਾਰ ਹੋਇਆ। ਬਹੁਤ ਸਾਰੇ ਲੋਕਾਂ ਦੇ ਦਿਲ ਵਿੱਚ ਅੱਜ ਵੀ ਉਹ ਨਫ਼ਰਤ ਹੈ। ਲੇਕਿਨ ਜੇ ਇਹਨਾਂ ਬਜ਼ੁਰਗਾਂ ਕੋਲ ਪੁੱਛੀਏ, ਇਹਨਾਂ ਦੀਆਂ ਪਿੰਡ ਦੀਆਂ ਗੱਲਾਂ ਕਰੀਏ, ਤਾਂ ਉਹ ਬਿਲਕੁਲ ਉਹਦੇ ਮੁਤਰਾਦਫ ਹੁੰਦੀਆਂ ਨੇ ਕਿ ਅਸੀਂ ਕਿਸ ਤਰ੍ਹਾਂ ਵੱਸਦੇ ਸੀ, ਕਿਸ ਤਰ੍ਹਾਂ ਰਹਿੰਦੇ ਸੀ। ਅੱਜ ਵੀ ਬਜ਼ੁਰਗਾਂ ਨੂੰ ਖੁਦ ਆਸਾ ਸਿੰਘ ਦਾ ਤਾਂ ਪਤਾ ਹੈ ਹੀ ਹੈ, ਨਾਲ ਜਿਹੜੇ ਲੋਕ ਬੈਠਦੇ ਨੇ, ਇੱਕ ਬਜ਼ੁਰਗ ਪਿੱਛੇ ਬੈਠੇ ਨੇ, ਉਹ ਚੀਜ਼ਕ ਰਹੇ ਨੇ ਕੈਮਰੇ ਦੇ ਸਾਹਮਣੇ। ਲੇਕਿਨ ਉਹ ਦੱਸਦੇ ਨੇ ਕਿ ਡੇਲੀ ਇੱਥੇ ਮਹਿਫਲ ਲੱਗਦੀ ਹੈ, ਔਰ ਮਹਿਫਲ ਦੇ ਵਿੱਚ ਸਾਰਿਆਂ ਨੂੰ ਨਾਮ ਜ਼ਬਾਨੀ ਯਾਦ ਹੋ ਗਏ ਨੇ ਸਿਰਫ ਬਜ਼ੁਰਗਾਂ ਦੇ ਕਰਕੇ। ਸੋ ਇਹਨਾਂ ਕਹਾਣੀਆਂ ਦਾ ਮਕਸਦ, ਬਹੁਤ ਸਾਰੇ ਲੋਕ ਪੁੱਛਦੇ ਨੇ ਕਿ ਬਈ ਇਹਨਾਂ ਕਹਾਣੀਆਂ ਦਾ ਅੱਜ ਕੀ ਮਕਸਦ ਆ, ਅੱਜ ਦੇ ਦਿਨ 'ਚ ਦੁਨੀਆ ਤਰੱਕੀ ਕਰ ਗਈ ਹੈ, ਤੁਸੀਂ ਸਾਨੂੰ ਪਿੱਛੇ ਲੈ ਕੇ ਜਾਂਦੇ ਹੋ। ਉਹ ਸਿਰਫ ਇਸ ਕਰਕੇ ਲੈ ਕੇ ਜਾਈਦਾ ਕਿ ਅੱਜ ਦੀ ਜਿਹੜੀ ਨਫ਼ਰਤ ਹੈ, ਉਹ ਅਸਲ ਦੇ ਵਿੱਚ ਸਾਡੇ ਵੱਡੇ ਸਾਨੂੰ ਨਹੀਂ ਦੇ ਕੇ ਗਏ, ਇਹ ਨਫ਼ਰਤ ਫੈਲਾਈ ਗਈ ਸੀ। ਅਸੀਂ ਤਾਂ ਬੜੇ ਪਿਆਰ ਮੁਹੱਬਤ ਨਾਲ ਆਪਸ ਦੇ ਵਿੱਚ ਏਕਤਾ ਇਤਫਾਕ ਨਾਲ ਰਹਿੰਦੇ ਸੀ। ਮੈਂ ਅੱਜ ਆਇਆ ਸੀ ਮੰਡਿਆਲੇ ਪਿੰਡ ਦੇ ਵਿੱਚ, ਸਾਡੇ ਵੀਰ ਨੇ ਗੁਰਲਾਲ ਸਿੰਘ, ਅਤੇ ਉਹ ਮੈਨੂੰ ਤਕਰੀਬਨ ਕੋਈ 6-7 ਮਹੀਨਿਆਂ ਤੋਂ ਰੋਜ਼ਾਨਾ ਉਹਨਾਂ ਦਾ ਫੋਨ ਆਉਂਦਾ ਹੈ ਕਿ ਵੱਡ ਵਡੇਰਿਆਂ ਨੂੰ ਮੈਂ ਦੱਸ ਬੈਠਾ ਅਤੇ ਮੇਰੇ ਪਿੰਡ ਕਦੋਂ ਜਾਣਾ, ਅਤੇ ਉਹਨਾਂ ਨੂੰ ਆਪਣੇ ਪਿੰਡ ਦੀ ਉਡੀਕ ਹੈ। ਅਤੇ ਜੇ ਮੈਂ ਇੱਥੇ ਬਾਬਾ ਜੀ ਕੋਲ ਬਹਿ ਗਿਆ ਅਤੇ ਬਾਬਾ ਜੀ ਆਪਣੇ ਪਿੰਡ ਦੀਆਂ ਗੱਲਾਂ ਕਰਦੇ ਨੇ, ਸੋ ਉਹਨਾਂ ਕੋਲ ਪੁੱਛੀਏ ਤਾਂ ਉਹ ਕਹਿੰਦੇ ਨੇ ਬਾਹਰ ਵਰਗੀ ਜ਼ਮੀਨ ਨਹੀਂ ਸੀ, ਇਹਨਾਂ ਕੋਲ ਪੁੱਛੀਏ ਤਾਂ ਇਹ ਕਹਿੰਦੇ ਨੇ ਕਿ ਸਾਡੇ ਪਿੰਡਾਂ ਵਰਗੀ ਜ਼ਮੀਨ ਨਹੀਂ ਸੀ। ਅਸਲ ਦੇ ਵਿੱਚ ਇਨਸਾਨ ਜਿੱਥੇ ਜੰਮਦਾ ਹੈ, ਜਿੱਥੇ ਉਹਦਾ ਜਨਮ ਹੁੰਦਾ ਹੈ, ਇਨਸਾਨ ਉਸ ਥਾਂ ਦੇ ਨਾਲ ਬੜਾ ਹੀ ਜੁੜਿਆ ਹੁੰਦਾ। ਮਾਸਟਰ ਕੇਸਰ ਸੀ ਸਾਡੇ ਪਿੰਡ ਇੱਥੇ, ਆਹੋ ਮੰਡਿਆਲੇ ਦਾ, ਉਹ ਸਣੇ ਬੀਬੀ 3-4 ਫੇਰੇ ਇੱਥੇ ਆਇਆ ਸੀ, 3-4 ਫੇਰੇ ਆਇਆ ਸੀ। ਤੁਹਾਡਾ ਹੁਣ ਦਿਲ ਨਹੀਂ ਕਰਦਾ? ਸਾਡੇ ਘਰ ਉਹਦਾ ਟੱਬਰ ਬਹਿ ਕੇ ਜਾਂਦਾ ਹੁੰਦਾ ਸੀ, ਅਤੇ ਕੀ ਆਉਂਦਾ ਸੀ ਵੀ ਇਹ ਘਰ ਵਾਲੇ ਮੇਰੇ ਉੱਥੇ ਹਿੰਦੁਸਤਾਨ ਦੇ ਗੁਆਂਢੀ ਨੇ, ਸਾਡੇ ਘਰ ਬਹਿ ਕੇ ਆਈ ਤਾਂ ਬਹਿ ਕੇ ਆਈ। ਅੱਛਾ, ਤਾਂ ਬਹਿ ਕੇ ਗਏ ਇਸ ਘਰ ਦੇ? ਘਰ ਪਿੰਡ ਵਿੱਚ ਇਹ ਜੰਗਲ ਸੀ ਬਣਾਇਆ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਤਾਂ ਹੀ ਲੈ ਕੇ ਆਉਂਦੇ ਹਾਂ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ, ਦੋਵਾਂ ਪੰਜਾਬਾਂ ਦੇ ਆਉਣ ਵਾਲੀ ਪੀੜ੍ਹੀ ਦੇ ਵਿਚਕਾਰ ਇੱਕ ਪਿਆਰ ਮੁਹੱਬਤ ਅਮਨ ਦਾ ਸੰਦੇਸ਼ ਜਿਹੜਾ ਹੈ ਉਹ ਪਹੁੰਚਾਇਆ ਜਾਏ। ਸੋ ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।